ਦੋਸਤੋ, ਟੈਕਨੀਕਲ ਜੋਬ ਪੁਆਇੰਟ ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੁਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਦੇ ਵਿੱਚ ਇੱਕ ਹੋਰ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ। ਸਿੱਧਾ ਇੰਟਰਵਿਊ ਦੇ ਬੇਸਿਸ 'ਤੇ ਤੁਹਾਡੀ ਸਿਲੈਕਸ਼ਨ ਕੀਤੀ ਜਾਵੇਗੀ। ਖਾਲੀ ਪਈਆਂ ਪੋਸਟਾਂ 'ਤੇ ਭਰਤੀ ਕੀਤੀ ਜਾ ਰਹੀ ਹੈ। ਕਿਹੜੇ ਜ਼ਿਲ੍ਹੇ ਦੇ ਵਿੱਚ ਪੋਸਟਾਂ ਅਨਾਊਂਸਮੈਂਟ ਕੀਤੀਆਂ ਗਈਆਂ ਨੇ, ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ। ਪੰਜਾਬ ਦੇ ਵਿੱਚ ਆਉਣ ਵਾਲੀਆਂ ਸਰਕਾਰੀ ਨੌਕਰੀਆਂ, ਪ੍ਰਾਈਵੇਟ ਨੌਕਰੀਆਂ ਅਤੇ ਪਲ-ਪਲ ਦੀ ਅਪਡੇਟ ਦੇ ਲਈ ਤੁਸੀਂ ਸਾਡੇ ਟੈਲੀਗ੍ਰਾਮ ਅਤੇ ਵਟਸਐਪ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਇਹਨਾਂ ਗਰੁੱਪਾਂ ਦਾ ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲੇਗਾ। ਦੋਸਤੋ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਅੱਗੇ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ। ਚਲੋ ਦੋਸਤੋ, ਚੱਲਦੇ ਹਾਂ ਜੀ ਨੋਟੀਫਿਕੇਸ਼ਨ ਦੇ ਉੱਪਰ। ਹਾਂਜੀ ਦੋਸਤੋ, ਅੱਜ ਦਾ ਨੋਟੀਫਿਕੇਸ਼ਨ ਗੌਰਮੈਂਟ ਆਫ ਪੰਜਾਬ ਡਿਸਟ੍ਰਿਕਟ ਹੈਲਥ ਸੁਸਾਇਟੀ ਕਪੂਰਥਲਾ ਤੋਂ ਅਨਾਊਂਸਮੈਂਟ ਕੀਤਾ ਗਿਆ ਜੀ। ਆਮ ਆਦਮੀ ਕਲੀਨਿਕ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਖਾਲੀ ਪਈਆਂ ਪੋਸਟਾਂ 'ਤੇ ਭਰਤੀ ਕੀਤੀ ਜਾਵੇਗੀ। ਦੋਸਤੋ, ਪੋਸਟਾਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੋਵੇਗੀ। ਪੋਸਟ ਨੰਬਰ 1 ਹੈ ਜੀ ਮੈਡੀਕਲ ਆਫੀਸਰ। MBBS ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦੇ ਸਕਦੇ ਨੇ। ਇੰਟਰਵਿਊ ਤੁਹਾਡੀ ਹੋਵੇਗੀ 13 ਫਰਵਰੀ 2024 ਨੂੰ ਸਵੇਰੇ 10 ਵਜੇ ਸਿਵਲ ਸਰਜਨ ਆਫਿਸ ਕਪੂਰਥਲਾ ਦੇ ਵਿੱਚ। ਇਹਨਾਂ ਪੋਸਟਾਂ ਦੇ ਲਈ ਤਨਖਾਹ ਕੁਝ ਇਸ ਪ੍ਰਕਾਰ ਦਿੱਤੀ ਜਾਂਦੀ ਹੈ ਜੀ। 50 ਰੁਪਏ ਪਰ ਪੇਸ਼ੈਂਟ ਦੇ ਦਿੱਤੇ ਜਾਂਦੇ ਨੇ ਅਤੇ ਇੱਕ ਦਿਨ ਦੇ ਵਿੱਚ 50 ਪੇਸ਼ੈਂਟ ਦੀ ਗਰੰਟੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਜਿੰਨੇ ਵੀ ਪੇਸ਼ੈਂਟ ਹੁੰਦੇ ਨੇ ਉਸ ਨੂੰ ਕਾਊਂਟ ਕਰਕੇ ਤੁਹਾਡੀ ਤਨਖਾਹ ਬਣਾਈ ਜਾਂਦੀ ਹੈ ਜੀ। ਬਹੁਤ ਵਧੀਆ ਇਸ ਦੇ ਵਿੱਚ ਸੈਲਰੀ ਦਿੱਤੀ ਜਾ ਰਹੀ ਹੈ। ਐਜੂਕੇਸ਼ਨ, ਕੁਆਲੀਫਿਕੇਸ਼ਨ, ਟਰਮ ਐਂਡ ਕੰਡੀਸ਼ਨਸ ਅਤੇ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਸਿਵਲ ਸਰਜਨ ਕਪੂਰਥਲਾ ਦੇ ਆਫਿਸ ਦੇ ਵਿੱਚ ਜਾ ਕੇ 12 ਫਰਵਰੀ 2024 ਸ਼ਾਮ 5 ਵਜੇ ਤੱਕ ਪੁੱਛ ਗਿੱਛ ਕਰ ਸਕਦੇ ਹੋ। ਡਾਇਰੈਕਟ ਇੰਟਰਵਿਊ ਜੋ ਹੋਣੀ ਹੈ ਜੀ ਉਹ 13 ਫਰਵਰੀ 2024 ਨੂੰ ਸਵੇਰੇ 10 ਵਜੇ ਹੋਵੇਗੀ। ਨੋਟੀਫਿਕੇਸ਼ਨ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਦੇ ਵਿੱਚ ਦੇ ਦਿੱਤਾ ਗਿਆ, ਉੱਥੇ ਜਾ ਕੇ ਤੁਸੀਂ ਇਸ ਨੂੰ ਰੀਡ ਕਰ ਸਕਦੇ ਹੋ।